ਸੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੋਕਿਸਾਨਾਂ ਤੋਂ ਡਰੀ ਸਰਕਾਰ ਕੱਢੇਗੀ ਪੱਕਾ ਹਾਲ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਜੇ ਉੱਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਖੇਤੀਕਾਰਾਂ ਦੇ ਖਿਲਾਫ ਕਿਸਾਨ ਦਿਲ ਦੇ ਸੰਗ ਦਾ ਡਟੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖੇਤੀਕਾਰ ਨੂੰ ਵਾਪਸ ਕਰਵਾ ਕੇ ਹੀ ਘਰ ਵਾਪਸ ਰਾਂਗੇ ਤੇ ਨਾਲ ਹੀ ਕਿਸਾਨਾਂ ਆਗੂਆਂ ਵੱਲੋਂ ਬਿਆਨ ਵੀ ਦਿੱਤੇ ਜਾ ਰਹੇ ਹਨ ਪਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਲਿਆਇਆ ਜਾ ਰਿਹਾ ਹੈ ਕਿਸਾਨਾ ਗੁਸਰਮ ਸਿੰਘ ਪੰਦੇਰ ਨੇ ਕਿਹਾ ਹੈ ਕਿ ਕਿਸਾਨਾਂ ਨੇ اپیل ਕੀਤੀ ਹੈ ਕਿ ਉਹ ਪਾਵਾਂ ਤੋਂ ਸੁਚੇਤ ਰਹਿ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਜਿਸ਼ ਅੰਦੋਲਨ ਦੇ ਵਿੱਚ ਹੋ ਸਕਦੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਉਹਨਾਂ ਨੇ ਪਾਜਪਾ ਗੋਆਂ ਨੂੰ ਵੀ ਨਿਸ਼ਾਨਾ ਤੇ ਲਿਆ ਤੇ ਉਹਨਾਂ ਨੇ ਪਾਜਪਾ ਗੋਆਂ ਦੇ ਅੱਜ ਦੇ ਦੇਸ਼ ਦੇ ਪ੍ਰਧਾਨ ਦੇ ਮੁੱਦੇ ਦੇ ਨਾਲ ਮੁਲਾਕਾਤ ਚੱਲ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਿੰਦਾ ਤਰੀਕੇ ਦੇ ਨਾਲ ਖੇਤੀ ਕਾਨੂੰਨਾਂ ਤੇ ਚਰਚਾ ਕਰਨੀ ਚਾਹੀਦੀ ਹੈ ਆਪਾਂ ਪੰਜਾਬ ਦੀ ਗੱਲ ਰੱਖਣੀ ਚਾਹੀਦੀ ਹੈ ਉਹ ਧੀ ਕਿਸਾਨ ਅਗੂ ਸਰਮਰ ਸਿੰਘ ਪੰਦੇਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਪੰਜਾਬ ਆਸਬਾਦਾ ਵਿਪਤ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਆਗਮੀ ਚੋਣਾਂ ਵਾਸਤੇ ਤਾਂ ਦੇਖਦੇ ਆ ਕਿ ਕੀ ਬੰਦ ਹੈ ਬਾਕੀ ਕੱਲ ਨੂੰ ਗੁਰਦਾਸਪੁਰਾ ਜਿੱਥਾ ਦਿੱਲੀ ਮੋੜ ਤੋਂ ਨੂੰ ਰਵਾਨਾ ਹੋ ਰਿਹਾ ਹੈ ਇਸ ਦੇ ਨਾਲ ਹੀ ਮੋਦੀ ਸਰਕਾਰ ਕਿਸਾਨ ਅੰਦੋਲਨ ਤੇ ਹਮਲਾ ਕਿਸੇ ਵੀ ਵੇਲੇ ਕਿਸੇ ਵੀ ਰੂਪ ਚ ਲੈ ਸਕਦੀ ਹੈ ਤੇ ਇਸ ਤੇ ਹੀ ਉਸ ਤੇ ਸਾਮ ਨੂੰ ਕਦੀ ਵੀ ਕੀ ਨਹੀਂ ਕਰਨਾ ਚਾਹਿਆ ਸਾਨੂੰ ਆਪਣੇ ਮੂਰਛੇ ਦੀ ਰਾਖੇ ਕਰਨੀ ਚਾਹੀਦੀ ਹੈ ਤੇ ਖਬਰੋਲਾ ਸਖ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ